ਪੁਰਾਤਨ ਸੰਸਕ੍ਰਿਤੀ ਨੂੰ ਚਾਰ ਚੰਦ ਲਗਾਉਣ ਅਤੇ ਆਖਰੀ ਦਮ ਤੱਕ ਜੀਵਿਤ ਰੱਖਣ ਵਾਲੀ ਆਵਾਜ਼ ਸਦਾ ਦੇ ਲਈ ਲੁਪਤ ਹੋ ਗਈ ਹੈ ਅਤੇ ਇਸ ਆਵਾਜ਼ ਦੇ ਧਨੀ ਪ੍ਰਸਿੱਧ ਗਾਇਕ ਗੁਰਪਾਲ ਸਿੰਘ ਪਾਲ ਦੇ ਅੰਤਿਮ ਸਾਹ ਲੈਣ ਦੀ ਖਬਰ ਪੂਰੀ ਦੁਨੀਆ ਵਿੱਚ ਉਹਨਾਂ ਦੇ ਚਾਹਣ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਪਾਲ ਪਾਣੀ ਕੂਹਾਂ ਤੋਂ ਭਰੇ ਵਰਗੇ ਅਨੇਕਾਂ ਲੋਕ ਗੀਤਾਂ ਲੋਕਾਂ ਦੀ ਝੋਲੀ ਵਿੱਚ ਪਾਉਣ ਵਾਲੇ ਇਸ ਗਾਇਕ ਨੇ ਅੰਤਿਮ ਸਾਹ ਸ਼ਹਿਰ ਕੋਟਕਪੂਰਾ ਦੀ ਧਰਤੀ ਅਤੇ ਆਪਣੀ ਜਨਮ ਭੂਮੀ ਵਾਲੇ ਘਰ ਵਿੱਚ ਲਿਆ। ਉਹਨਾਂ ਦਾ ਅੰਤਿਮ ਸੰਸਕਾਰ ਪੂਰੀ ਸ਼ਰਧਾ ਦੇ ਨਾਲ ਕੀਤਾ ਗਿਆ, ਜਿੱਥੇ ਕਿ ਉਹਨਾਂ ਦੇ ਚਾਹਣ ਵਾਲਿਆਂ ਤੋਂ ਇਲਾਵਾ ਰਾਜਨੀਤਿਕ ਧਾਰਮਿਕ ਸ਼ਖਸੀਅਤਾਂ ਨੇ ਵੀ ਉਹਨਾਂ ਦੀ ਰੂਹ ਦੇ ਆਖਰੀ ਦਰਸ਼ਨ ਕੀਤੇ। 10 ਵਜੇ ਸਾਨੂੰ ਛੱਡ ਕੇ ਚਲੇ ਗਏ। ਉਹਨਾਂ ਦਾ ਪਿਆਰ, ਉਹਨਾਂ ਦੀਆਂ ਸਿੱਖਿਆਵਾਂ ਸਾਨੂੰ ਉਹਨਾਂ ਦੇ ਗੀਤਾਂ 'ਚੋਂ ਮਿਲਦੀਆਂ, ਔਰ ਮੈਨੂੰ ਇਹ ਮਾਣ ਵੀ ਹੈ ਕਿ ਮੇਰੇ ਡੈਡੀ ਨੇ ਕੋਈ ਲੱਚਰਤਾ ਨਹੀਂ ਗਾਈ ਔਰ ਕਲਾ ਨੂੰ ਵੇਚਿਆ ਨਹੀਂ। ਐਸੀ ਸ਼ਖਸੀਅਤ ਜਿਨ੍ਹਾਂ ਨੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਗੀਤ ਗਾ ਕੇ ਆਪਣਾ ਪਿਆਰ ਦਿੱਤਾ, ਉਹ ਹਸਤੀ ਅੱਜ ਸਾਡੇ ਦਰਮਿਆਨ ਸਰੀਰਕ ਰੂਪ ਦੇ ਵਿੱਚ ਨਹੀਂ ਹੈ। ਮੈਂ ਵਾਹਿਗੁਰੂ ਦੇ ਚਰਨ ਕਮਲਾਂ 'ਚ ਅਰਦਾਸ ਕਰਦਾ ਕਿ ਐਸੀ ਸ਼ਖਸੀਅਤ ਨੂੰ ਸੱਚੇ ਪਾਤਸ਼ਾਹ ਜਾਣੇ ਅਣਜਾਣੇ ਦੇ ਵਿੱਚ ਕੋਈ ਵੀ ਗੁਨਾਹ ਹੋ ਗਿਆ ਉਹਨੂੰ ਮਾਫ਼ ਕਰ ਦੇਣਾ, ਕਿਉਂਕਿ ਉਹਨਾਂ ਨੇ ਸਾਨੂੰ ਸਭ ਨੂੰ ਬਹੁਤ ਪ੍ਰੇਮ ਬਖਸ਼ਿਆ। ਕੋਟਕਪੂਰਾ ਤੋਂ ਤਰਸੇਮ ਚੋਪੜਾ ਦੀ ਰਿਪੋਰਟ, ਚੈਨਲ 2।